ਅਸਲਾਮੁ ਅਲੈਕੁਮ। ਕੀ ਹਾਲ ਹੈ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਤੇ ਅੱਜ ਦਾ ਵਲੋਗ ਜਿਹੜਾ ਬਹੁਤ ਹੀ ਸਪੈਸ਼ਲ ਹੈ, ਕਿਉਂਕਿ ਆਪਾਂ ਕੀਤਾ ਇੱਕ ਨਵਾਂ ਸਫ਼ਰ ਸਟਾਰਟ। ਨਵਾਂ ਸਫ਼ਰ ਜਿਹੜਾ ਸਟਾਰਟ ਕੀਤਾ ਹੈ ਉਹ ਆਪਾਂ ਕਰਾਂਗੇ 10-12 ਕੰਟਰੀਆਂ ਦਾ ਵਿਜ਼ਿਟ ਬਾਏ ਰੋਡ। ਸਮਝ ਰਹੇ ਹੋ? ਬਾਏ ਰੋਡ ਤਕਰੀਬਨ 2-3 ਮਹੀਨੇ ਵੱਟਦੇ ਪਏ ਨੇ ਤੇ ਜੱਟ ਫੁੱਲ ਵੇਲਾ ਹੈ। ਬੜੇ ਬੰਦੇ ਕਮੈਂਟ ਕਰਦੇ ਸੀ ਭਾਈ ਜਾ ਕੇ, ਮੈਂ ਜਦੋਂ ਵੀ ਕੋਈ ਵੀਡੀਓ ਪਾਉਣੀ ਬਾਹਰ ਘੁੰਮਣ ਆਇਆ, ਭਾਈ ਜਾ ਕੇ ਪੱਠੇ ਪਾ ਲਓ, ਭਾਈ ਜਾ ਕੇ ਮੱਝਾਂ ਨਵਾ ਲਓ। ਬ੍ਰਦਰ ਮੈਂ ਜਿਉਂ ਜੰਮਿਆ ਨਾ, ਮੈਂ ਪੱਠੇ ਹੀ ਪਾਏ ਨੇ, ਮੱਝਾਂ ਹੀ ਨਵਾਈਆਂ। ਅੱਜ ਪਤਾ ਨਹੀਂ 2-4 ਸਾਲ ਜ਼ਿੰਦਗੀ ਆ, ਖੁੱਲ੍ਹ ਕੇ ਘੁੰਮ ਫਿਰ ਲਈਏ, ਜੇ ਰੱਬ ਨੇ ਸੁਣ ਲਈ ਆ, ਜੇ ਕੁਛ ਦੇਤਾ ਤਾਂ ਘੁੰਮੋ ਫਿਰੋ, ਇੰਜੋਏ ਕਰੋ। ਮੈਂ ਹੁਣ ਇੱਥੋਂ ਜਾ ਰਿਹਾ ਦੁਬਈ ਤੋਂ ਈਰਾਨ ਜਾਵਾਂਗੇ। ਆਪਾਂ ਗੱਡੀ ਜਿਹੜੀ ਉਹ ਆਪਾਂ ਸ਼ਿਪ 'ਤੇ ਸ਼ਿਪ ਕੀਤੀ ਆ, ਅਤੇ ਆਪਾਂ ਵੀ ਇੱਥੋਂ ਸ਼ਿਪ 'ਤੇ ਜਾਣਾ ਫੈਰੀ 'ਤੇ। ਗੱਡੀ ਦੀ ਜਿਹੜੀ ਟਿਕਟ ਹੈ ਉਹ 1800 ਰੁਪਈਆ ਸਾਡੀ, ਦੋ ਜਣਿਆਂ ਦੀ 5500 ਰੁਪਈਆ। ਮੇਰੇ ਨਾਲ ਜਾ ਰਹੇ ਨੇ ਬਹੁਤ ਹੀ ਸਪੈਸ਼ਲ ਬੰਦੇ, ਭਾਜੀ ਨਾਸਰ ਢਿੱਲੋਂ ਸਾਹਿਬ ਅਤੇ ਚਾਚਾ ਸਾਨੂੰ ਕਰਨ ਆਇਆ ਡਰਾਪ। ਚਾਚਾ ਥੈਂਕ ਯੂ ਸੋ ਮੱਚ। ਇਸ ਟਾਈਮ ਅਸੀਂ ਖਲੋਤੇ ਹਾਂ ਪੈਸੰਜਰ ਟਰਮੀਨਲ 'ਤੇ, ਅਤੇ ਗੱਡੀ ਜਿਹੜੀ ਹੈ ਆਪਾਂ ਇੱਥੋਂ ਬੁੱਕ ਕਰਾਵਾਂਗੇ ਫੈਰੀ ਵਾਸਤੇ। ਉਹ ਅੱਗੇ ਟਰਮੀਨਲ ਹੈ, ਨਾਸਰ ਭਾਈ ਜਾਣਗੇ, ਉਹ ਬੁੱਕ ਕਰਕੇ ਆਉਣਗੇ ਅਤੇ ਆਪਾਂ ਇੱਥੇ ਉਹਨਾਂ ਦੀ ਵੇਟ ਕਰਾਂਗੇ, ਉਹ ਵਾਪਸ ਆ ਜਾਣਗੇ। ਇਹ ਆਪਾਂ ਘੁੰਮਣੀਆਂ ਕੋਈ 10-12 ਕੰਟਰੀਆਂ ਬਾਏ ਰੋਡ। ਅੱਜ ਤੋਂ 2-3 ਸਾਲ ਪਹਿਲਾਂ ਮੈਂ ਕਦੇ ਬਾਏ ਰੋਡ 9-10 ਸ਼ਹਿਰ ਨਹੀਂ ਸੀ ਘੁੰਮੇ, ਅਤੇ ਅੱਜ ਮੈਂ 9-10 ਕੰਟਰੀਆਂ ਘੁੰਮਾਂ। ਟਾਈਮ ਟਾਈਮ ਦੀ ਗੱਲ ਹੈ, ਵਕਤ ਵਕਤ ਦੀ, ਅਤੇ ਰੱਬ ਖੈਰ ਰੱਖੇ ਇਨਸ਼ਾਅੱਲਾ। ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆਏਗਾ, ਪੂਰੇ ਵਲੋਗ ਲਾਜ਼ਮੀ ਦੇਖਣਾ। ਬਹੁਤ ਬੰਦੇ ਸੀ, ਮੈਂ ਕੱਲ੍ਹ ਕਮੈਂਟ ਪਾ ਰਿਹਾ ਸੀ, ਜਿਹੜੇ ਇਹ ਗੱਲ ਕਹਿ ਰਹੇ ਸੀ ਕਿ ਭਾਜੀ ਡੇਲੀ ਵਲੋਗ ਪਾਇਆ ਕਰੋ। ਉਹਨਾਂ ਦੇ ਵਿੱਚ ਇੱਕ ਕੁਲਦੀਪ ਚੀਮਾ ਸਾਹਿਬ ਸੀ, ਹੋਰ ਬਹੁਤ ਬੰਦੇ ਸੀ, ਮੈਂ ਉਹਨਾਂ ਦੇ ਨਾਂ ਦੱਸੀ ਜਾਵਾਂਗਾ ਹੁਣ ਕਮੈਂਟਾਂ ਦੇ ਵਿੱਚ, ਕਿਉਂਕਿ ਕਮੈਂਟ ਪੜ੍ਹਨੇ ਸਟਾਰਟ ਕੀਤੇ ਨੇ। ਅਤੇ ਇੱਕ ਹੋਰ ਜਿਹੜੀ ਹੈ ਉਹ ਇਹ ਗੱਲ ਮੈਂ ਸ਼ੇਅਰ ਕਰਨੀ ਸੀ ਕਿ ਜਿਹੜੇ ਕਮੈਂਟ ਨੇ ਤੁਸੀਂ ਗੁਰਮੁਖੀ 'ਚ ਨਾ ਕਰਿਆ ਕਰੋ, ਕਿਉਂਕਿ ਗੁਰਮੁਖੀ ਮੈਨੂੰ ਪੜ੍ਹਨੀ ਨਹੀਂ ਆਉਂਦੀ, ਮੈਨੂੰ ਸ਼ਾਹਮੁਖੀ ਪੜ੍ਹਨੀ ਆਉਂਦੀ ਆ। ਜਾਂ ਤੁਸੀਂ ਇੰਗਲਿਸ਼ ਵਾਲੀ ਜਿਹੜੀ ਉਰਦੂ ਹੈ ਉਹਦੇ ਵਿੱਚ ਲਿਖ ਦਿਆ ਕਰੋ, ਤਾਂ ਕਿ ਮੈਨੂੰ ਕਮੈਂਟਾਂ ਦਾ ਪਤਾ ਲੱਗ ਸਕੇ, ਜੇ ਕੋਈ ਬੰਦਾ ਸਵਾਲ ਪੁੱਛੇ ਤਾਂ ਮੈਂ ਉਹਦਾ ਜਵਾਬ ਦੇ ਸਕਾਂ, ਠੀਕ ਆ? ਜਦੋਂ ਇੱਕ ਗੱਲ ਦਾ ਪਤਾ ਹੀ ਨਹੀਂ ਲੱਗਣਾ ਤਾਂ ਉਹਦਾ ਜਵਾਬ ਕੀ ਦੇਣਾ। ਓਕੇ, ਜੁੜੇ ਰਹਿਣਾ, ਪੂਰਾ ਵਲੋਗ ਲਾਜ਼ਮੀ ਦੇਖਣਾ। ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆਏਗਾ। ਮਜ਼ਾ ਕੀ, ਮੈਨੂੰ ਆਪ ਬਹੁਤ ਮਜ਼ਾ ਆਉਣ ਲੱਗਾ, ਪਹਿਲੀ ਵਾਰੀ ਇੰਨਾ ਇੰਜੋਏ ਕਰਨ ਨੂੰ ਮਿਲ ਰਿਹਾ। ਨਾਲ ਦੀ ਨਾਲ ਇਹ ਵੀ ਫਿਕਰ ਹੁੰਦਾ ਕਿ ਪਿੱਛੇ ਕੀ ਬਣੇਗਾ, ਪਿੱਛੇ ਕੀ ਹੋਏਗਾ, ਕਿਉਂਕਿ ਪਿੱਛੇ ਆਪਣੀ ਪੱਕੀ ਆ ਮੂੰਜੀ, ਉਹਨੂੰ 5-7 ਦਿਨਾਂ ਤੱਕ ਵਾਢੀ ਪੈ ਜਾਣੀ ਆ, ਵੱਢਣੀ ਆ, ਅਤੇ ਉਸ ਤੋਂ ਬਾਅਦ ਦੂਰੀ ਵਾਰੀ ਫਿਰ ਮੂੰਜੀ ਲਾਉਣੀ ਆ। ਅਤੇ ਇਸ ਚੀਜ਼ ਦਾ ਇੰਜੋਏ ਕਰਨ ਨੂੰ ਵੀ ਦਿਲ ਕਰ ਰਿਹਾ ਕਿ ਯਾਰ ਅੱਗੇ ਅੱਗੇ ਜਾਵਾਂਗੇ, ਘੁੰਮਾ ਫਿਰਾਂਗੇ। ਚਲੋ 4-5 ਭਰਾਵਾਂ ਸਾਡੇ 'ਚੋਂ ਕਿਹੜਾ ਕੋਈ ਮਾਸਟਰ ਲੱਗਾ ਜਾਂ ਅਫਸਰ ਲੱਗੇ ਨੇ, ਸਾਰੇ ਅਸੀਂ ਪੱਠੇ ਹੀ ਪਾਉਂਦੇ ਹਾਂ। ਸਭ ਤੋਂ ਛੋਟਾ ਮੈਂ ਵਾਂ, ਤਰਲੇ ਮਾਰੇ ਉਹਨਾਂ ਕਿਹਾ ਜਾ ਘੁੰਮ ਫਿਰ ਲੈ ਆਪਣੀ ਜ਼ਿੰਦਗੀ ਜੀ, ਅਤੇ ਵਾਪਸ ਆ ਕੇ ਸਾਰੀ ਜ਼ਿੰਦਗੀ ਕੰਮ ਹੀ ਕਰਨਾ। ਆਇਓ ਆਪਾਂ ਆਪਣਾ ਸਫ਼ਰ ਸਟਾਰਟ ਕਰਦੇ ਹਾਂ। ਲਓ ਜੀ, ਆਹ ਆਪਣੀ ਗੱਡੀ ਆ, ਅਤੇ ਸਮਾਨ ਆਪਾਂ ਲਿਆ ਲਾ, ਆਹ ਸਮਾਨ ਆ, ਆਹ ਜਿਹੜਾ ਖੜਨਾ ਹੈ ਜਹਾਜ਼ ਦੇ ਉੱਪਰ, ਅਤੇ ਆ ਗੱਡੀ ਜਿਹੜੀ ਹੈ ਗੱਡੀ ਵੱਖਰੀ ਸ਼ਿਪ ਕਰਾਉਣੀ ਆ, ਕਿਉਂਕਿ ਇਹ ਜਿਹੜੇ ਜਹਾਜ਼ 'ਤੇ ਅਸੀਂ ਜਾਣਾ ਉਹਦੇ 'ਤੇ ਨਹੀਂ ਜਾਣੀ। ਗੱਡੀ ਦੀ ਟਿਕਟ 1800 ਰੁਪਈਆ, ਅਤੇ ਜਿਹੜੀ ਸਾਡੀ ਆ, ਸਾਡੀ ਟਿਕਟ ਜਿਹੜੀ ਆ 5500-5500 ਆ, ਦੋ ਬੰਦਿਆਂ ਦੀ 5500-5500, ਅਤੇ ਗੱਡੀ ਦੀ ਜਿਹੜੀ ਆ ਇਕੱਲੀ ਦੀ 1800 ਰੁਪਈਆ। ਚਲੋ ਸਮਾਨ ਜਿਹੜਾ ਅਸੀਂ ਲੈ ਚੱਲੇ ਹਾਂ, ਅਤੇ ਜਾ ਕੇ ਸ਼ਿਪ 'ਤੇ ਬਹਿੰਦੇ ਹਾਂ। ਪੂਰਾ ਵਲੋਗ ਦੇਖਣਾ, ਬਹੁਤ ਮਜ਼ਾ ਆਉਣ ਵਾਲਾ, ਠੀਕ ਹੈ? ਲਓ ਜੀ, ਆਹ ਆਪਣਾ ਪਿਆ ਪਾਸਪੋਰਟ ਅਤੇ ਟਿਕਟ, ਅਤੇ ਆਹ ਮੈਂ ਵਾਂ, ਅਤੇ ਇੱਧਰਲੀ ਸਾਈਡ 'ਤੇ ਹੋ ਰਹੀ ਆ ਬੋਰਡਿੰਗ। ਲਓ ਜੀ, ਬੋਰਡਿੰਗ ਆਪਣੀ ਹੋ ਗਈ ਹੈ, ਅਤੇ ਆ ਉਹਨਾਂ ਆਪਾਂ ਨੂੰ ਚਿੱਟਾਂ ਜੀਆਂ ਦਿੱਤੀਆਂ, ਸਾਰਿਆਂ ਬੈਗਾਂ ਨੂੰ ਲਾ ਤੇ ਨੇ ਉਹਨਾਂ ਸਟੀਕਰ, ਠੀਕ ਹੈ? ਅਤੇ ਨਾਸਰ ਭਾਈ ਹਾਲੇ ਤੱਕ ਗੱਡੀ ਪਾਰਕ ਕਰਕੇ ਨਹੀਂ ਆਏ, ਅਤੇ ਇੱਥੇ ਆਪਾਂ ਬੈਠੇ ਹਾਂ ਵੇਟਿੰਗ ਰੂਮ 'ਚ। ਇੱਥੋਂ ਕਹਿੰਦੇ ਹੁਣ ਆਪਾਂ ਨਿਕਲਾਂਗੇ ਤਕਰੀਬਨ 8:30-9 ਵਜੇ, ਅਤੇ ਟਾਈਮ ਹਲੇ ਜਿਹੜਾ ਹੋਇਆ 7 ਵਜੇ ਨੇ, ਮਤਲਬ 2 ਘੰਟੇ ਆਪਾਂ ਨੂੰ ਇੱਥੇ ਵੇਟ ਹੀ ਕਰਨਾ ਪੈਣਾ। ਚਲੋ ਹੋਰ ਕਰ ਵੀ ਕੀ ਸਕਦੇ ਹਾਂ, ਅਤੇ ਇਸ ਕਰਕੇ ਐਡਵੈਂਚਰ ਹੋਣ ਵਾਲਾ ਬਹੁਤ ਹੈਵੀ ਵਾਲਾ, ਕਿਉਂਕਿ ਬਾਏ ਰੋਡ ਜਾਣਾ, ਕਿਤੇ ਇੰਟਰਨੈਟ ਹੋਏਗਾ, ਕਿਤੇ ਇੰਟਰਨੈਟ ਨਹੀਂ ਹੋਏਗਾ,
ਹਰ ਕੰਟਰੀ ਦੇ ਵਿੱਚ ਸਿਮ ਲੈਣੀ ਪਏਗੀ। ਤੁਹਾਨੂੰ ਮੈਂ ਗਾਈਡ ਕਰਦਾ ਜਾਵਾਂਗਾ ਕਿਉਂਕਿ ਜਿਹਨੇ ਵੀ ਆਉਣਾ ਹੈ ਉਹਨਾਂ ਵਾਸਤੇ ਆਸਾਨੀਆਂ ਹੁੰਦੀਆਂ ਜਾਣਗੀਆਂ। ਅਤੇ ਗੱਡੀ ਦਾ ਵੀ ਪਾਸਪੋਰਟ, ਪਹਿਲਾਂ ਤਾਂ ਆਪਣੇ ਪਾਸਪੋਰਟ ਬਣੇ, ਫਿਰ ਇੱਥੇ ਦੁਬਈ ਦੀ ਅੰਮ੍ਰਿਤਸਰ ਆਈ ਡੀ ਲਈ, ਉਸ ਤੋਂ ਬਾਅਦ ਗੱਡੀ ਦਾ ਵੀ ਪਾਸਪੋਰਟ, ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ, ਅਤੇ ਫਿਰ ਇੱਧਰ ਵਾਲੇ ਪਾਸੇ ਕਦਮ ਚੁੱਕਿਆ ਜਾਂਦਾ। ਚਲੋ ਜਦੋਂ ਬੰਦਾ ਟੁਰਦਾ ਹੈ ਰੱਬ ਸਾਰੇ ਰਾਹ ਬਣਾਈ ਜਾਂਦਾ ਹੈ। ਬੜੀ ਦੇਰ ਦੇ ਪਲੈਨ ਕਰਦੇ ਸੀ ਅਤੇ ਬਹੁਤ ਹੀ ਮੁਸ਼ਕਲ ਜਿਹੜਾ ਨਾ ਇਹ ਸਾਰੀ ਮਿਹਨਤ ਨਾ ਸਰਵਾਈ ਦੀ ਆ ਉਹਨਾਂ ਕੀਤਾ, ਅਤੇ ਮੈਨੂੰ ਵੀ ਨਾਲ ਤਿਆਰ ਕੀਤਾ, ਅਤੇ ਫਿਰ ਅਸੀਂ ਟੁਰ ਪਏ ਹਾਂ। ਅਤੇ ਹੁਣ ਬਾਕੀ ਤੁਹਾਨੂੰ ਵਲੋਗਾਂ ਦੇ ਵਿੱਚ ਸਭ ਕੁਝ ਦਿਖਾਈ ਜਾਣਾ ਕਿ ਕਿਵੇਂ ਗੁਜ਼ਰਦੀ ਪਈ ਹੈ ਅਤੇ ਕੀ ਕਰੀ ਜਾਂਦੇ ਹਾਂ। ਬਸ ਇੱਥੋਂ ਆਪਣਾ ਹੁਣ ਸਫ਼ਰ ਸਟਾਰਟ ਹੋਣ ਵਾਲਾ। ਲਓ ਬਈ ਦੋਸਤੋ, ਆਪਾਂ ਬੱਸ 'ਚ ਬਹਿ ਗਏ ਹਾਂ ਅਤੇ ਨਾਸਰ ਭਾਈ ਵੀ ਆ ਗਏ ਨੇ। ਇਹ ਗੱਡੀ ਉੱਥੇ ਇਹਨਾਂ ਸਾਡੀ ਤੇ ਵੱਧ ਖੁਸ਼ਕ ਕੀਤੇ ਪਏ। ਮੈਂ ਘੜੀ ਪਾ ਕੇ ਆਇਆ, ਮੈਨੂੰ ਕਹਿੰਦਾ ਆਲੀ ਘੜੀ ਮੈਂ ਪਾਈ ਆ, ਕਹਿੰਦਾ ਲਾ ਦੇ ਕਿਤੇ ਬਾਹ ਬੂਹ ਨਾ ਲਵਾ ਪਈ ਉੱਥੇ। ਮੈਂ ਕਿਹਾ ਚਲੋ ਠੀਕ ਹੈ। ਕਿਆ ਹਾਲ ਹੈ ਭਈਆ, ਠੀਕ ਹੋ? ਠੀਕ ਅਲਹਮਦੁਲਿਲਾ। ਆਪ ਈਰਾਨ ਸੇ ਆ? ਜੀ ਭਾਈ। ਤੋ ਆਪ ਕਹਿ ਰਹੇ ਥੇ ਨਾ ਬਚ ਕੇ ਜਾਣਾ, ਕਿਸੀ ਸੇ ਬਾਤ ਨਹੀਂ ਕਰਨੇ ਕਾ, ਉਧਰ ਐਸਾ ਹੁੰਦਾ ਹੈ, ਲੁੱਟ ਲੇਤਾ ਹੈ। ਖਿਆਲ ਕਰਨਾ ਚਾਹੀਏ ਨਾ। ਹਾਂ ਖਿਆਲ ਕਰ। ਕਿਤਨੀ ਦੇਰ ਬਾਅਦ ਜਾ ਰਹਾ ਹੈ ਈਰਾਨ ਵਾਪਸ? ਅਭੀ ਆਧ ਮਹੀਨਾ ਹੋ ਗਿਆ। ਤੋ ਠੀਕ ਹੋ ਗਿਆ? ਹਾਂ ਅਬ ਸ਼ਾਇਦ ਠੀਕ ਹੋ ਗਿਆ। ਹਾਂ ਅੱਛਾ ਹੋ ਗਿਆ ਮੌਸਮ। ਲੋ ਜੀ ਬਸ ਚਬਾ ਕੇ ਹੁਣ ਅਭੀ ਇਹ ਬਸ ਸ਼ਿਪ ਪੇ ਜਾਏਗਾ? ਜੀ ਭਾਈ ਸ਼ਿਪ ਜਾਏਗਾ। ਠੀਕ ਹੈ। ਤੋ ਆਪ ਹਮਾਰੇ ਸਾਥ ਰਾਬਤੇ ਮੇਂ ਰਹਿਣਾ ਨਾ, ਕੋਈ ਮਸਲਾ ਬਣ ਗਿਆ ਤੋ ਹਮ ਆਪਕੋ ਫੋਨ ਕਰੇਗਾ, ਹਮ ਉਨਕੋ ਬੋਲੇਗਾ ਕਿ ਇਧਰ ਹਮਾਰਾ ਇਰਾਨੀ ਦੋਸਤ ਰਹਤਾ ਹੈ। ਲਾਜ਼ਮ ਇਨਸ਼ਾਅੱਲਾ। ਠੀਕ ਹੈ ਇਨਸ਼ਾਅੱਲਾ। ਕਿਆ ਆਪ ਖੁਦ ਡਰਤਾ ਉਨਸੇ? ਹਾਂ ਆਪ ਤੋ ਨਹੀਂ ਡਰਤਾ ਉਨ ਲੋਗੋ ਸੇ? ਨਹੀਂ ਨਹੀਂ ਨਹੀਂ, ਹਮ ਸਿਰਫ ਅੱਲਾਹ ਸੇ ਡਰਤੇ ਹੈ। ਓਕੇ ਠੀਕ ਹੈ, ਫਿਰ ਆਪ ਆਪਣਾ ਨੰਬਰ ਦੋ, ਹਮ ਆਪਕੋ ਫੋਨ ਕਰੇਗਾ। ਹਾਂ ਠੀਕ ਹੈ। ਓਕੇ ਠੀਕ ਠੀਕ ਹੈ ਨਾ? ਕਹਿੰਦਾ ਫੋਨ ਨੰਬਰ ਬੰਦ ਹੈ। ਅੱਛਾ ਲੋ ਜੀ ਵੇਖਦੇ ਹਾਂ ਅੱਗੇ ਦਾ ਸਫ਼ਰ ਕਿਵੇਂ। ਇਹਨੇ ਤਾਂ ਸਾਨੂੰ ਡਰਾਇਆ ਪਿਆ ਕਸਮੇ, ਕਹਿੰਦਾ ਘੜੀ ਨਹੀਂ ਪਾ ਕੇ ਜਾਣੀ, ਇੰਜ ਨਹੀਂ ਕਰਨਾ, ਉਹਨਾਂ ਨੂੰ ਇਹ ਤੁਸੀਂ ਸ਼ੋਅ ਹੀ ਨਹੀਂ ਕਰਾਉਣਾ ਕਿ ਤੁਸੀਂ ਅਮੀਰ ਹੋ। ਮੈਂ ਕਿਹਾ ਇਹ ਕੰਮ ਤੇ ਸਾਨੂੰ ਅੱਗੇ ਹੁੰਦਾ, ਅਸੀਂ ਤੇ ਰੋ ਰੋ ਦੱਸਦੇ ਹਾਂ ਸਾਡੇ ਪੱਲੇ ਹੀ ਕੱਗ ਦੀ। ਓਕੇ ਬ੍ਰੋ ਦੇਖਦੇ ਹਾਂ ਕੈਸਾ ਹੁੰਦਾ। ਲੋ ਬਈ ਦੋਸਤੋ, ਬੱਸ ਤੋਂ ਥੱਲੇ ਉਤਰ ਗਿਆ, ਥੈਂਕ ਯੂ, ਤੇ ਵੇਖਦੇ ਹਾਂ ਹੁਣ ਅੱਗੇ ਕੀ ਹੁੰਦਾ ਏ। ਆ ਖਲੋਤੇ ਨੇ, ਥੈਂਕ ਯੂ। ਅੱਗੋਂ ਫੇਰ ਇਥੋਂ ਪਤਾ ਨੀ ਕੀ ਕਰਨਾ, ਸਮਾਨ ਸਮੂਨ ਨਾ ਲੈਣਾ ਪਾਈਏ। ਲੋ ਬਈ ਦੋਸਤੋ, ਜਹਾਜ਼ ਚ ਅਸੀਂ ਜਾ ਰਹੇ ਹਾਂ ਤੇ ਉਹ ਖਲੋਤੀ ਆਪਣੀ ਫਾਰਚੂਨਰ ਜਿਹੜੀ ਨਾਸਰ ਬਾਈ ਹੁਣੇ ਹੁਣੇ ਛੱਡ ਕੇ ਆਏ ਸੀ। ਤੇ ਇਧਰੋਂ ਆਪਾਂ ਜਾਵਾਂਗੇ ਉੱਤੇ ਜਹਾਜ਼ ਦੇ ਵਿੱਚ, ਆਪਾਂ ਐਂਟਰ ਹੋ ਗਏ ਅੰਦਰ, ਤੇ ਹੁਣ ਇੱਥੋਂ ਆ ਪੌੜੀਆਂ ਚੜ੍ਹ ਕੇ ਉੱਤੇ ਜਾਣਾ, ਉੱਪਰਲਾ ਵਿਊ ਦਿਖਾਉਂਦਾ ਮੈਂ। ਉਹ ਆਪਣਾ ਜਹਾਜ਼ ਜਿਹੜਾ ਆਪਾਂ ਜਹਾਜ਼ 'ਚ ਐਂਟਰ ਹੋ ਗਏ ਹਾਂ, ਤੇ ਹੁਣ ਇੱਥੇ ਅੰਦਰ ਸੀਟਾਂ ਹੈ, ਉੱਥੇ ਵੀ ਜਾ ਕੇ ਦਿਖਾਉਂਦਾ ਵਾਂ। ਇਹ ਬਾਹਰ ਦਾ ਵਿਊ ਹੈ, ਸਮੁੰਦਰੀ ਜਹਾਜ਼ ਦੇਖੋ, ਕਿੱਡੇ ਕਿੱਡੇ ਵੱਡੇ ਜਹਾਜ਼। ਉਹ ਦੇਖੋ ਜਹਾਜ਼ ਦੇ ਵਿੱਚ ਉਹ ਲੋਡ ਹੋ ਰਿਹਾ, ਟੈਂਪਰ ਨਜ਼ਰ ਆ ਰਿਹਾ। ਲੋ ਜੀ ਆਪਾਂ ਜਹਾਜ਼ 'ਚ ਵੜੇ ਆਏ ਹਾਂ ਤੇ ਆਪਣਾ ਭਰਾ ਵੀ ਨਾਲ ਲਾ ਲਈਏ, ਇਰਾਨੀ ਬਾਈ, ਇਰਾਨੀ ਪਾਕੀ ਬਾਈ ਬਾਈ, ਠੀਕ ਹੈ। ਇਹ ਜੀ ਜਹਾਜ਼ ਸਾਰਾ ਵਿਹਲਾ ਹੀ ਹੈ, ਮੈਨੂੰ ਇੰਝ ਲੱਗਦਾ ਪਿਆ ਜਿਵੇਂ ਵੇਟਿੰਗ ਰੂਮ ਹੈ, ਜਹਾਜ਼ ਵਾਲੀ ਫੀਲਿੰਗ ਹੀ ਨਹੀਂ ਆ ਰਹੀ। ਇਹ ਪਿੱਛੇ ਗੈਸ ਕੇ ਇਧਰ 26 ਨੰਬਰ ਸੀਟ ਦੀ ਆ ਮੇਰੇ ਕੋਲ, 26 ਨੰਬਰ ਕਿਧਰ ਹੈ? ਕਿਧਰ ਵੀ ਪਿਆ ਤੋ ਟੈਨਸ਼ਨ ਨਹੀਂ ਹੈ, ਇਧਰ ਬੈਠ ਕੇ ਨਹੀਂ ਮੈਂ ਲੇਟ ਕੇ ਜਾਏਗਾ, ਜਿਧਰ ਦਿਲ ਕਰ ਰਿਹਾ ਪਿਆ ਤੋ ਸੋ ਜਾਓ। ਅੱਛਾ ਸੋ ਜਾਓ, ਇਧਰ ਲੇਟ ਕੇ ਜਾਏਗਾ ਮੈਂ। ਕਿਆ ਆਪ ਵੀ ਆ ਗਿਆ ਇਧਰ ਹੀ? ਓਕੇ ਓਕੇ ਓਕੇ, ਕਹਿੰਦਾ ਜਿੱਥੇ ਮਰਜ਼ੀ ਬਹੁ, ਪਿਓ ਦਾ ਮਾਲ ਹੀ ਸਮਝੋ ਇਹਨੂੰ।
ओके लो जी जहाज नासर भाई आंदे सारी चप्पल चेंज कर लेने ते इत्थे सानू मिले ने एक बेबे जी। बेबे जी कहंदे मैं भी व्लॉग बनावांगे। मैं कहा तुसी वखरा जरूर बनाना, तुसी साडे वाले च ही आइयो। की हाल है, ठीक हो? पंजाबी समझ आता है? नहीं। क्या समझ आता है? ओके मेरे को उर्दू आता है पर तोरा तोरा। ठीक है, आप किधर से है? कराची से। कराची से हो, ठीक है। तो की करते हो तुसी? अभी मैं बच्चों के साथ घूमने आया। अभी ईरान जाएगा? पहली बार जा रहा। ईरान? ईरान। ओके मैं भी पहली बार जा रहा हूँ। मैं भी पहली बार ईरान जा रहा हूँ। ओके अच्छा लगेगा। हाँ देखेगा। अभी ये भाई जो बैठा ना ये वाला इधर, ये बोल रहा है उधर गर्मी बहुत है, एक मंथ बाद जाने का। अभी तो हमारा काम नहीं होता। बहुत गर्मी है। चलो जी ठीक है, देखते हैं आपां अगे रशिया चले जावांगे, एक महीने बाद आ जाएंगे फिर वेख लांगे। ठीक है, तुसी अपना नंबर दे दो, जो ठंड होगी ना सानू दस देना। अगर अच्छा लगा फिर आएंगे। हाँ फिर आएगा इंशाल्लाह इंशाल्लाह। अभी ये चल क्यों नहीं रहा, कितना टाइम लगेगा? अभी चलेगा, एक घंटा लगेगा बस जाएगा। ईरान का टाइम क्या है? इधर से आधा घंटा फर्क है। अद्धा घंटा फर्क है भाई ईरान का। ते 9 बजे चलेगा? 9 बजे चलेगा, कल 10-11 बजे जर पहुंचेगा। 12? हाँ 12 घंटे साढ़े को ले, खाओ पियो नहाओ तो सोवो जो दिल करता करो। चलो देखते हैं क्या करना गया। ਸੀਟਾਂ ਖੁੱਲੀਆਂ, ਕਿਤੇ ਸੀਟ ਮਲ ਕੇ ਸੋ ਜਾਾਂਗੇ, ਹੋਰ ਅਸੀਂ ਵੱਸ ਤੋਂ ਵੱਧ ਕੀ ਕਰ ਲਾਂਗੇ ਇਹਨਾਂ ਦਾ। ਕੁਛ ਖਾਣ ਨੂੰ ਦੇਣਗੇ ਇੱਥੇ? ਖਾਣੇ ਕੋ ਮਿਲੇਗਾ ਕੁਛ? ਖਾਣਾ ਕਿਆ ਦਿੱਤਾ? ਪਤਾ ਨਹੀਂ ਅਭੀ ਕੀ ਦਿੱਤਾ। ਕਿਆ ਦਿੱਤਾ? ਅੱਛਾ ਖਾਣਾ ਦਿੱਤਾ, ਚਾਵਲ ਬੋਲ ਕੇ ਦਿੱਤਾ, ਮੁਰਗਾ ਚਾਵਲ। ਚਲੋ ਦੇਖਦੇ ਹਾਂ ਕੀ ਖਾਣ ਨੂੰ ਮਿਲਦਾ ਹੈ। ਇਹ ਅੰਕਲ ਵੀ ਈਰਾਨ ਸੇ ਹੈਂ? ਈਰਾਨ ਮੇਂ ਯੇ ਸਲਵਾਰ ਕਮੀਜ਼ ਚਲਤਾ ਹੈ? ਹਾਂ ਬਲੋਚ। ਓਕੇ ਬਲੋਚ ਜੋ ਹੈ ਵੋ ਸਲਵਾਰ ਕਮੀਜ਼ ਪਹਿਨਤੇ ਹੈ। ਠੀਕ ਹੈ, ये पाकिस्तान में भी हमारा कल्चर है ये सलवार कमीज वाला। आप नहीं पहनते? क्यों? दो तीन? ओके अच्छा अच्छा, वो मतलब जैसा लोग वैसा कपड़ा। ओके कपड़े से उधर पहचान होता है कि कौन क्या है? कपड़े से लोग पहचाना जाता है कि कौन क्या है, बलोच है या क्या है। ठीक है, लोरे बलूचे कुर्दे। हाँ। सब मालूम होते हैं। ओके कपड़े से। लो जी हर जगह ते अपने अपने कोई ना हिसाब ने, नहीं ते पांदा ते मैं भी इंज दी सलवार कमीज या सेम ड्रेस। मी सेम ड्रेस। ओके नाउ सेम ड्रेस। अच्छा ब्लैक। ओके 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 भाई खाना गया खुल ते खाना के ये क्या? ये खाने के लिए लाजम। खाने के लिए लाजम? हाँ ये आपने दे दिया आपको ना। ये क्या? ये आपको जो टिकट के ऊपर है ना। हाँ ये बोर्डिंग कार्ड वाला। बोर्डिंग कार्ड वाला। और खाने में क्या? खाने में नहीं फिल्म। ओके ओके लो जी खाना पा लेके आ गए हैं। ते ओ बंदा कहंदा सी फिल्म ਮਮਨੂ ਭਾਈ ਵੀਡੀਓ ਤੁਸੀਂ ਨਹੀਂ ਬਣਾ ਸਕਦੇ, ਫਿਲਮ ਨਹੀਂ ਬਣਾ ਸਕਦੇ। ਫਿਲਮ ਨੂੰ ਅਸੀਂ ਬੜੀ ਤੇ ਧੂਮ ਫੋਰ ਬਣਾਉਂਦੇ ਆ। ਤੇ ਆਹ ਖਾਣਾ ਮਿਲਿਆ, ਉਹ ਕੰਨ ਵਾਲੀ ਟੂਟੀ ਡਿੱਗਦੀ ਆਪਣੀ। ਖਾਣਾ ਮੈਂ ਤੁਹਾਨੂੰ ਦਿਖਾ ਦੇਣਾ, ਇੱਥੇ ਕੀ ਮਿਲਿਆ? ਇੱਕ ਸੇਬ ਹੈ, ਉਸ ਤੋਂ ਬਾਅਦ ਚਿੱਟੇ ਚੋਲਾਂ ਤੇ ਪੀਲਾ ਰੰਗ ਪਾ ਕੇ ਕੜੀ ਵਾਲਾ,
ਨਾਲ ਦਹੀਂ ਹੈ ਕੀ ਹੈ? ਅੱਛਾ ਕੁਕੜੀ ਥੱਲੇ ਲੁਕੋਈ ਹੈ, ਨਾਲ ਆ ਬੋਤਲ ਹੈ, ਬੋਤਲ ਠੰਡੀ ਕੋਈ ਨੀ, ਸੇਬ ਠੰਡਾ ਹੈ ਤੇ ਨਾਲ ਦਹੀਂ ਹੈ। ਖਾਂਦੇ ਨੀ ਤੁਸੀਂ? ਜਲਦੀ ਜਲਦੀ ਖਾ ਲਓ। ਓਕੇ ਬ੍ਰੋ, ਟੇਸਟੀ ਹੈ? ਠੀਕ ਹੈ, ਤੈਨੂੰ ਖਵਾਉਂਦਾ ਮੈਂ ਤੜਕੇ ਲਾ ਕੇ ਨਾ। ਓਕੇ ਠੀਕ ਹੈ, ਸਹੀ ਨਹੀਂ ਹੈ? ਰਿਜ਼ਕ ਦੀ ਬੇਅਤ ਵੀ ਨਹੀਂ ਕਰੀਦੀ, ਜੋ ਵੀ ਦਵੇ ਰੱਬ ਦਾ ਸ਼ੁਕਰ ਅਦਾ ਕਰੀਦਾ। ਹਾਂ ਤੈਨੂੰ ਵੱਧ ਦੇਣਾ, ਲਾਲ ਮਿਰਚਾਂ ਮਾਰ ਲਈ ਫੱਕਾ। ਲਓ ਜੀ ਆ ਸਾਰੇ ਵੱਖੋ ਵੱਖ ਬੈਠੇ ਨੇ, ਇੰਨੇ ਕੁ ਬੰਦੇ ਨੇ, ਤੇ ਆ ਮੈਂ ਵਾ, ਮੈਂ ਵੀ ਆਪਣਾ ਸ਼ੁਰੂ ਕਰਾਂ ਤੇ ਇਹਨੂੰ ਖਾਵਾਂ। ਲਓ ਜੀ ਖਾਣਾ ਆਪਾਂ ਸਟਾਰਟ ਕਰਤਾ, ਤੇ ਆਹ ਭਰਾ ਲੈ ਕੇ ਆਇਆ ਚਾਵਲ, ਰੋਟੀ ਕੇ ਸਾਥ ਚਾਵਲ। ਠੀਕ ਆ, ਭੂਖ ਨਹੀਂ ਲੱਗੇਗਾ ਤੋ ਰਹੇਗਾ ਨਾ? ਹਾਂ ਫਿਰ ਭੂਖ ਨਹੀਂ ਲੱਗੇਗਾ, 12 ਅਭੀ ਕੁਛ ਨਹੀਂ ਦੇਗਾ 12 ਘੰਟੇ। ਇਧਰ ਉਹ ਸ਼ਾਪ ਮੈਂ ਉਸ ਤੇ ਲੈਣਾ ਪਰੇਗਾ, ਮਹਿੰਗਾ ਹੁੰਦਾ ਹੈ। ਮਹਿੰਗਾ ਹੁੰਦਾ? ਹਾਂ ਇਧਰ ਸ਼ੀਪ ਮੇਂ ਸਭ ਚੀਜ਼ ਮਹਿੰਗਾ ਹੈ। ਹਾਂ ਮਜ਼ਦੂਰ ਹੈ। ਓਕੇ ਕੁਛ ਨਹੀਂ ਹੁੰਦਾ। ਆ ਭਰਾ ਕਹਿੰਦਾ ਜੀ ਫਿੱਕੇ ਨੇ ਹਨਾ, ਤੈਨੂੰ ਤੜਕੇ ਲਾ ਕੇ ਦਿੰਦੇ ਆ। ਓਕੇ ਆਪ ਮੇਰੇ ਵਾਲੇ ਚਾਵਲ ਲੈ ਲਓ। ਹੈਂ ਆਪ ਕੀ ਖਾਣਾ? ਮੈਂ ਆਪ ਕੁਛ ਨਹੀਂ, ਮੈਂ ਖਾ ਲੂੰਗਾ, ਮੈਂ ਥੋੜਾ ਹੀ ਖਾਤਾ ਹੂੰ। ਹੁਣ ਕਿਹੜਾ ਇੱਥੇ ਪੱਠੇ ਪਾਣੇ ਨੇ ਮੱਝਾਂ ਨੂੰ ਜਿਹੜਾ ਰੱਜ ਕੇ ਖਾਣਾ? ਪਿੰਡ ਤੇ ਹੁੰਦਾ ਹੀ ਪੱਠੇ ਪਾਣੇ ਨੇ, ਰੱਜ ਕੇ ਖਾ ਲਓ ਰੱਜ ਕੇ। ਲਓ ਜੀ ਖਾਣਾ ਖਾ ਲਿਆ, ਖਾਣਾ ਖਾ ਕੇ ਇੱਥੇ ਵੀ ਸੱਟਣਾ, ਰਿਜ਼ਕ ਜ਼ਾਇਆ ਕਰ ਰਹੇ ਨਾ, ਅੱਲਾ ਪੁੱਛੇਗਾ। ਇਹ ਅਸੀਂ ਪਤਾ ਨਹੀਂ, ਸਾਨੂੰ ਸਮਝ ਨਹੀਂ ਆਉਂਦੀ ਅਸੀਂ ਜਹਾਜ਼ 'ਚ ਬੈਠੇ ਹਾਂ ਜਾਂ ਜੇਲੇ ਬੈਠੇ ਹਾਂ। ਖਾ ਕੇ ਇਹਦੇ ਵਿੱਚ ਸੱਟਣੇ ਨੇ ਭਾਂਡੇ। ਓਕੇ ਹੁਣ ਉਹਨੂੰ ਦਿੰਦੇ ਹਾਂ ਵਾਪਸ। ਖਾਈਲੀ ਮੰਮ ਨੂੰ ਹੇ ਥੈਂਕ ਯੂ, ਖਾਣਾ ਨੋ ਸਵਾਦੀ, ਅਬ ਕੁਛ ਖਾ ਹੈ ਓਕੇ, ਫੀਲ ਮੰਮ ਨੂੰ ਅਭੀ ਕੁਛ ਖਾਣੇ ਕੇ ਲਈ ਮਿਲੇਗਾ। ਅੱਛਾ ਮਾਂ ਜੀ, ਮੈਂ ਉਸੇ ਮੈਨੇ ਉਸਸੇ ਪੁੱਛਾ ਕਿ ਖਾਣੇ ਕੋ ਸੁਬਹ ਕਿਆ ਮਿਲੇਗਾ, ਵੋ ਕਹਿ ਰਹਾ ਵੀਡੀਓ ਮੰਮ ਨੂੰ, ਵੀਡੀਓ ਨਹੀਂ ਬਣਾ ਸਕਤੇ, ਤੋ ਸੁਬਹ ਖਾਣੇ ਕੋ ਕਿਆ ਮਿਲੇਗਾ ਇਧਰ? ਉਹ ਪਨੀਰ ਦੇਤਾ ਹੈ ਨਾ, ਹਾਂ ਪਨੀਰ ਲਗਾਨੇ ਵਾਲਾ, ਹਾਂ ਤੇ ਇੱਕ ਸੈਂਡਵਿਚ ਹਮ ਦੇਗਾ, ਇੱਕ ਸੈਂਡਵਿਚ ਦੇ, ਸੈਂਡਵਿਚ ਕਾ ਨਾਮ ਲਿਆ, ਪਨੀਰ ਕਾ ਨਾਮ ਲਿਆ, ਜਿਵੇਂ ਉਹ ਤੇ ਲੋਕ ਬੋਲਤੇ ਜਿਬਨ ਲਗਾ ਦੇਤਾ ਹੈ ਉੱਪਰ ਲਗਾਨੇ ਕੇ ਲਈ, ਜੈਮ ਜੈਮ ਬੋਲ ਰਹਾ ਹੈ ਉਹ, ਜੈਮ ਹਮ ਦੇ ਸ਼ਾਇਦ ਪਨੀਰ ਦੇਗਾ, ਪਤਾ ਨਹੀਂ ਕਿਆ ਦੇਗਾ, ਹਾਂ ਅਭੀ ਦੇਖੇਗਾ, ਦੇਖਾ ਜਾਏਗਾ, ਅਭੀ ਵੀ ਫੀਕਾ ਚਾਵਲ ਦਿਆ, ਅਭੀ ਵੀ ਖਾਣਾ ਨਹੀਂ, ਹਮਾਰਾ ਕੋ ਆਮਨ ਐਸਾ ਲੱਗਤਾ ਹੈ ਜੈਸੇ ਜੇਲ ਮੇ ਹੈ, ਜੇਲ ਮੇ ਹਮ ਲੋਗ, ਨਹੀਂ ਮਾਲੂਮ ਯਾ ਹਰਕਤ ਕਰ ਰਹੀ ਹੈ, ਲਾਂਚ ਜਾ ਰਹਾ ਹੈ, ਅਭੀ ਪਤਾ ਬਾਅਦ ਮੈਂ ਦੇਖੇ ਯੇ ਜਾ ਰਹਾ ਹੈ, ਯੇ ਜਾ ਰਹਾ ਅਭੀ, ਹਾਂ ਮੈਨੇ ਕਹਾ ਅਭੀ ਵੀ ਰੁਕਾ ਹੈ, ਨਹੀਂ ਨਹੀਂ ਮਾਸ਼ਾਅੱਲਾ ਜਾ ਰਹਾ ਹੈ। ਓਕੇ ਚਲੋ ਫਿਰ ਦੇਖਤੇ ਹੈਂ ਸੁਬਹ ਖਾਣੇ ਮੇ ਮਿਲੇਗਾ, ਸੁਬਹ ਇਨਸ਼ਾਅੱਲਾ, ਅਭੀ ਤੋ ਖਾਇਆ, ਬਾਰ ਬਾਰ ਨਹੀਂ ਦੇਗਾ ਨਾ, ਸੁਬਹ ਹੋਏਗਾ ਫਿਰ ਮਿਲੇਗਾ ਨਾ, ਕਿ ਬਾਰ ਬਾਰ ਮਿਲੇਗਾ, ਬਾਰ ਬਾਰ ਮਿਲੇਗਾ, ਜ਼ਬਰਦਸਤੀ ਅਭੀ ਦਿਆ ਬੋਲ ਬੋਲ ਕੇ ਗੰਜੂ ਕੋ ਦਿਓ ਦਿਓ ਦਿਆ, ਹੇ ਜਾ ਬੋਲੇ ਹਾਉ ਦਿਓ ਦਿਓ ਦਿਆ। ਓਕੇ ਓਕੇ, ਅਮਰਿਕਾ ਬੁਰਾਈ ਵੀ ਕਰਦੇ, ਮੈਂ ਇਰਾਨ ਕਾ ਵੀ ਹੂੰ, ਪਾਕਿਸਤਾਨ ਕਾ ਵੀ ਹੂੰ, ਓਕੇ ਦੋਨੋਂ ਕਾ ਸੈਡ ਕਾ ਹੂੰ, ਅਗਰ ਦੂਸਰਾ ਬਾਰ ਨਹੀਂ ਛੋੜੇਗਾ ਲੰਚ ਮੇ ਬੈਠੇ, ਓਕੇ ਕਰਵਾਏਗਾ ਇਨਸ਼ਾਅੱਲਾ, ਬਹੁਤ ਅੱਛਾ ਹੈ, ਮਗਰ ਇਨਸ਼ਾਅੱਲਾ ਦੇਖ, ਲੋਕ ਵੀ ਦੇਖ ਰਹੇ, ਇਹ ਜਹਾਜ਼ ਹੈ ਮਾਰਾ ਰਿਸ਼ਤੇਦਾਰ, ਹਾਂ ਬੋਲ ਰਹੇ ਇਹ ਜਹਾਜ਼ ਹੈ ਵਾਲਾ, ਤੁਮ ਬੇਟਾ ਇਹ ਘਰ ਹੈ, ਬੋਲੇ ਨਾ ਜਹਾਜ਼ ਹੈ ਨਾ ਘਰ ਹੈ, ਹਾਂ ਘਰ ਕਾ ਹੈ ਨਾ ਗਾਟ ਕਾ ਹੈ, ਹਮ ਲੋਗ ਬੀਚ ਕਾ ਹੈ, ਓਕੇ ਓਕੇ, ਘਰ ਕਾ ਨਾ ਗਾਟ ਕਾ ਦੁਸ਼ਮਣ ਅਨਾਜ ਕਾ, ਆ ਵੀ ਅਨਾਜ ਕਾ ਸੁਬਹ ਫਿਰ ਖਾਏਗਾ ਨਾ, ਸੁਬਹ ਖਾਏਗਾ ਇਨਸ਼ਾਅੱਲਾ, ਮਿਲਾਂਗੇ ਇਨਸ਼ਾਅੱਲਾ, ਇਨਸ਼ਾਅੱਲਾ ਉਹ ਵੀ ਸਲਾਮਤ। ਲੋ ਭਾਜੀ ਆਪਾਂ ਨਾ ਇਹਦੇ ਕੋਲ ਇਹਦਾ WhatsApp ਨੰਬਰ ਲੈ ਲੈਂਦੇ ਆ,
ਤੇ ਇਹਨੂੰ ਵਾਇਸ ਨੋਟ ਕਰਤਾ ਜਦੋਂ ਵੀ ਕੁਝ ਪੁੱਛਣਾ ਆ ਕਿ ਸਾਨੂੰ ਇਹ ਦੱਸ ਦੇ ਰਾਂ ਨੂੰ ਕਹਿੰਦੇ ਹਮ ਆਪਕੇ ਸਾਥ ਜਾਏਗਾ ਤੁਰਕੀ ਬਹੁਤ ਬੋਰਡਰ ਤੱਕ ਅਜਾ ਹਾਂ ਅਸੀਂ ਨੂੰ ਕਰ ਵੇਚ ਸਕਦੇ ਤੋ ਕਮਿਸ਼ਨ ਲੇਗਾ ਕੀ ਲੇਗਾ ਇਹ ਗੜੀ ਕਮਿਸ਼ਨ ਮੇ ਲੈ ਲੋ ਵੈਸੇ ਵੀ ਕੋਈ ਬਾਜ਼ੂ ਕੱਟ ਲੇਗਾ ਖੁਦ ਹੀ ਬੋਰਾ ਤਾਂ ਬਾਜ਼ੂ ਕੱਟ ਲੇਗਾ ਇਹ ਗੜੀ ਉਤਾਰ ਕੇ ਜਾਣਾ ਮਜ਼ਲੂਮ ਅੱਛਾ ਅੱਛਾ ਗਰੀਬ ਕੋ ਫਾਰਸੀ ਮੇ ਬਾਹਰ ਵਾਲਾ ਬੋਲਤੇ ਲੈ ਮਸਕੀਨ ਹਾਜ਼ਾ ਮਸਕੀਨ ਆ ਸ਼ੁਸ਼ੂ ਵਾਚ ਇਹ ਮੈਨੂੰ ਲੱਗਦਾ ਘੜੀ ਤੈਨੂੰ ਹੀ ਦੇਣੀ ਪੈਣੀ ਹੈ ਸਰ ਜੀ ਇਹ ਘੜੀ ਇਹਨੂੰ ਦੇ ਦੇ ਐਵੇਂ ਇਹਨੇ ਬੰਦੇ ਪਵਾ ਦੇਣੇ ਨੇ ਅੱਗੇ ਨਹੀਂ ਇਹ ਕਮਿਸ਼ਨ ਮੈਂ ਆਪਕੋ ਦੇ ਦੇਗਾ ਮੈਂ ਕਮਿਸ਼ਨ ਕਾ ਜ਼ਰੂਰ ਮੈਂ ਵੀ ਆਏਗਾ ਘੁੰਮੇਗਾ ਆਪਕੇ ਹਮਾਰੇ ਸਾਥ ਹੀ ਚਲੋ ਠੀਕ ਹੈ ਆਪਕੋ ਇਰਾਨੀ ਆਤਾ ਹੈ ਔਰ ਦੂਸਰਾ ਆਪਕੋ ਉਰਦੂ ਵੀ ਆਤਾ ਹੈ ਸਮਝ ਤੋ ਆਤਾ ਹਮ ਕਹੀਂ ਗੁਆਚੇਗਾ ਨਹੀਂ ਗੁੰਮ ਨਹੀਂ ਹੋਗਾ ਠੀਕ ਹੈ ਚਲੋ ਹਮਾਰੇ ਸਾਥ ਮੈਂ ਦਾ ਵਟਸਐਪ ਨੰਬਰ ਲੈ ਲੈਣਾ ਮੈਂ ਤੇਰੇ ਕੋ ਮੈਂ ਤੁਮਕੋ ਵਾਇਸ ਨੋਟ ਕਰੇਗਾ ਥੋੜੀ ਬਹੁਤੀ ਮੈਂ ਸਿੱਖ ਲਈ ਸੀ ਪੁੱਠੀ ਸਿੱਧੀ ਕਰਕੇ ਮਤਲਬ ਆਪਣੀ ਗੱਲ ਸਮਝਾ ਲਈ ਦੀ ਸੀ ਹੁਣ ਇਰਾਨੀ ਵੀ ਸਿੱਖ ਲੈਣੀ ਹੈ ਠੀਕ ਹੈ ਉਂਝ ਅਸੀਂ ਪੂਰੇ ਜਗਾੜੀ ਆ ਤੇ ਇਹਦਾ ਧਿਆਨ ਪੂਰਾ ਮੇਰੀ ਘੜੀ ਵੱਲ ਹੀ ਹੈ ਕਹਿੰਦਾ ਵਨ ਮਿਲੀਅਨ ਦਰਮ ਨੋ ਨੋ ਓਨ ਨਕਲੀ ਹੈ ਅਸਲੀ ਨਹੀਂ ਹੈ ਫੇਕ ਹੈ ਫੇਕ ਹੈ ਨਹੀਂ ਦਰਦੇ ਕਿਉਂ ਨਹੀਂ ਕਰਦੇਗਾ ਆਪ ਡਰਤਾ ਹੂੰ ਮੈਂ ਡਰਤਾ ਹੂੰ ਏਕ ਬਾਜ਼ੂ ਕੇ ਸਾਥ ਕੈਸੇ ਖਾਏਗਾ ਕੈਸੇ ਧੋਏਗਾ ਕੈਸੇ ਪੀਏਗਾ ਸਰ ਖੋਲ ਕੇ ਦੇ ਦੋ ਮੈਨੂੰ ਉਤਾਰ ਕੇ ਦੇ ਦੋ ਹਾਂ ਉਤਾਰ ਕੇ ਹੈਲੋ ਤੇ ਦੋਸਤੋ ਜਿਵੇਂ ਦਿਨ ਚੜ ਚੁੱਕਿਆ ਸਵੇਰ ਦੇ ਵੱਜ ਚੁੱਕੇ ਨੇ 7 ਤੇ ਵੇਖੋ ਪਾਣੀ ਦੇ ਆਲੇ ਦੁਆਲੇ ਮੈਂ ਲੈ ਕੇ ਆਇਆ ਆਪਣੇ ਦੋਸਤ ਨੂੰ ਉੱਪਰ ਮੈਂ ਕਿਹਾ ਮੇਰੀ ਬਣਾ ਦੇ ਵੀਡੀਓ ਠੀਕ ਹੈ ਰੀਲ ਬਣਾ ਦੇ ਨੈਟ ਇੰਸਟਾਗ੍ਰਾਮ ਵਾਸਤੇ ਰੀਲ ਬਣਾਈਏ ਉੱਪਰ ਆਪਾਂ ਗਾਣਾ ਲਾਵਾਂਗੇ ਕਹਿੰਦੇ ਕੋਈ ਮੁਲਕ ਸੁਣੀ ਦਾ ਪਾਣੀਆਂ ਦੇ ਓਹਲੇ ਆ ਕਿਉਂਕਿ ਆਪਾਂ ਪਾਣੀ ਚ ਜਾ ਰਹੇ ਆ ਨਾ ਤੇ ਇਸ ਕਰਕੇ ਗਾਣਾ ਵੀ ਉਂਝ ਤੋਂ ਲਾਉਣਾ ਪੈਣਾ ਬਹੁਤ ਠੰਡ ਲੱਗੀ ਇਹਨਾਂ ਏਸੀ ਪਤਾ ਨੀ ਵੱਡਾ ਲਾ ਤਾ ਸੀ ਸਾਰੀ ਰਾਤ ਨਾ ਕੋਈ ਸਰਾਣਾ ਨਾ ਕੋਈ ਚਾਦਰ ਉੱਤੇ ਲੈਣ ਨੂੰ ਬਸ ਇੰਝ ਹੀ ਸੀ ਵੇਖੋ ਪਾਣੀ ਦਾ ਮਾਹੌਲ ਹਰ ਪਾਸੇ ਸੂਰਜ ਨਿਕਲਿਆ ਤੇ ਪਾਣੀ ਪਾਣੀ ਆ ਜਹਾਜ਼ ਜਾ ਰਿਹਾ ਐਨ ਵੀਰ ਸਪੀਡ ਤੇ ਅਜ਼ੀਜ਼ ਜੀ ਕਿਤਨਾ ਟਾਈਮ ਲੱਗੇਗਾ ਪਹੁੰਚਣੇ ਮੈਂ ਕਿਤਨੇ ਵਜੇ ਪਹੁੰਚ ਗਿਆ ਵਜੇ ਓ ਵੋ ਤੋ ਕਹਿਤਾ ਤਾ ਸੁਬਹ ਪਹਿਲੇ ਬੋਲਾ 5 ਘੰਟੇ ਲੱਗੇਗੇ ਫਿਰ ਬੋਲਾ ਸੁਬਹ 5 ਵਜੇ ਅਬ 11 ਵਜੇ ਯੇ ਮੁਝੇ ਲਗਤਾ ਸਿਰਫ ਕਸਟਮਰ ਲੈ ਕੇ ਆਤਾ ਸਲੋ ਮੁਸ਼ ਹੋਤਾ ਕਿੰਨਾ ਸਪੀਡ ਵੇਖ ਲੈ ਦੀ ਜਿਵੇਂ ਜੂਨ ਟੁਰਦੀ ਹੈ ਨਹੀਂ ਸਪੀਡ ਸਹੀ ਹੈ ਬਸ ਫਿਰ ਪਾਣੀ ਦੇ ਵਿੱਚ ਇੰਜ ਹੀ ਆ ਜਹਾਜ਼ ਵੱਡਾ ਬਹੁਤ ਹੈ ਨਾ ਮਤਲਬ ਫਿਰ ਇਸ ਕਰਕੇ ਪਾਣੀ ਦੇ ਵਿੱਚ ਉਹਨੇ ਉਹ ਹਿਸਾਬ ਨਾਲ ਹੀ ਟੁਰਨਾ ਚਲੋ ਰੱਬ ਖੈਰੀ ਸਲਾਮਤੀ ਲੈ ਕੇ ਜਾਏ
अभी कुछ खाने माने को मिलेगा कि नहीं मिलेगा? अभी देगा नाश्ता। अभी नाश्ता देगा? नाश्ता क्या देगा नाश्ते में? पनीर में देगा, पनीर आलू वालू देगा, देगा हलवा देगा, पराठा देगा? पराठा नहीं है, पराठा नहीं है, पराठा नहीं। क्यों? रोटी क्यों महंगा ही थे? नहीं 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 इधर से नहीं बनाते। हाँ सेम रोटी पाकिस्तानी भी नहीं, रोटी पाकिस्तान वाली सुता पे। गुड मॉर्निंग, अभी कितना टाइम लगेगा? अभी कितने बजे पहुँचेगा? इंशाल्लाह पहुँचेगा 10 बजे, 11 बजे। 11 बजे? 10 बजे। ओके मेरी यही कहना 10-11 बजे। चलो अब आप नासर दे भी रील बनाने हैं, अभी उत्ते ही गाना लान गे। लो जी सवेरे सवेरे दा नाश्ता, बस यही मिलेगा? यही मिलेगा बस, ये और मिलेगा आपको? आपको क्या ये कहो, फिर दोबारा जाके देगा आपको? दोबारा जाके देगा? दोबारा फिर नहीं मिलेगा ना? रात को मिलेगा? नहीं रात को। ये क्या है? ये चाय है ना? चाय कैसा है ये? ये चाय है, ये इसका क्या बोलते हैं, शुगर है? शुगर है दूसरा वाला, वो जो सख्त होता है वो। ठीक है, और ये क्या है? ये मक्खन है, पनीर है। हाँ ये तो देखते हैं। ये करीम है, करीम है, ये भी जैसे। बस ये खा के आप मोटा नहीं होगा? हलवा मोटे नहीं होगा, मोटे नहीं। इधर अभी लाया क्या कहने नाश्ता, इधर जेला वाला खाना मिलता। ਚੱਲਾਂ ਵਿੱਚੋਂ ਚਿੱਠੀਆਂ। ਓਕੇ ਜੀ, ਤੇ ਮੈਂ ਵੀ ਜਾ ਕੇ ਆਪਣਾ ਲੈ ਕੇ ਆਉਂਦਾ। ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦਾ ਖਾਣਾ ਕਦੀ ਕਦੀ ਮਿਲਦਾ ਹੈ, ਸੋ ਇਸ ਕਰਕੇ ਜਿੰਨੀ ਜਲਦੀ ਹੋਈਏ ਲੈ ਆਓ। ਆਪਣੇ ਆਸਤੇ ਤੇ ਨਾਸਰ ਭਾਈ ਆਸਤੇ ਮੈਂ ਲੈ ਕੇ ਆਉਂਦਾ। ਇਹ ਖਾਣੇ ਕਾ ਤਰੀਕਾ ਐਸਾ ਹੈ, ਇਸਮੇ ਮੱਖਣ ਐਸਾ ਲਗਾਏਗਾ? ਹਾਂ ਨਾ, ਪਾਕਿਸਤਾਨ ਮੇਂ ਕੈਸੇ ਲਗਾਤੇ ਹੈ? ਪਾਕਿਸਤਾਨ ਮੇਂ ਐਸੇ ਹੀ ਕਰਤੇ ਹੈ? ਨਹੀਂ ਪਾਕਿਸਤਾਨ ਮੇਂ ਤੋ ਐਸਾ ਕੁਛ। ਇਹ ਬੇਸ ये क्या खोल के हलवा? हलवा? हाँ हलवा है क्या? ये देखो ना। ओके ये खुल गया, ये मीठा मीठा है। अब ये बीच में इसके हिस्सा रखेगा जैसे ये भाई रख रहा है। वाव वाव नाइस, ऐसे करेगा, अच्छा करेगा, देखो वाव। ओके ਦੋ ਜੀ ਆ ਇੱਥੇ ਇੰਜ ਦਾ ਖਾਣਾ ਮਿਲਦਾ ਹੈ, ਅਤੇ ਉਹਨਾਂ ਦਾ ਜੋ ਫੂਡ ਹੈ ਉਹਨਾਂ ਉਹ ਹੀ ਦੇਣਾ ਹੈ। ਅਸੀਂ ਨਹੀਂ ਇੰਜ ਦਾ ਫੂਡ ਖਾਂਦਾ ਜਾਂ ਫਸਟ ਟਾਈਮ ਖਾਧਾ ਹੈ। ਚਾਹ ਜਿਹੜੀ ਉਹ ਕਾਵਾ ਟਾਈਪ ਹੈ। ਹੈਂ ਸਾਡੇ ਇੰਜ ਦੇ ਟਰੱਕ ਡਰਾਈਵਰ ਪੀਂਦੇ ਨੇ ਜਿਹਨੇ ਟਰੱਕ ਚਲਾਉਣਾ ਹੈ, ਪੱਤੀ ਭਾਗ ਬਸ ਕਾਵਾ। ਆਹ ਮੇਰਾ ਪੇ ਹੈ, ਮੈਂ ਵੀ ਆਪਣਾ ਖੋਲ੍ਹ ਕੇ ਖਾਵਾਂ, ਠੰਡਾ ਨਾ ਹੋਵੇ। ਲੋ ਬਈ ਦੋਸਤੋ, ਆਪਾਂ ਈਰਾਨ ਪਹੁੰਚ ਗਿਆ, ਵੈਲਕਮ ਟੂ ਈਰਾਨ। ਆਹ ਆਪਣਾ ਜਿਹੜਾ ਜਹਾਜ਼ ਹੈ ਈਰਾਨ ਦੇ, ਉੱਥੇ ਪਹੁੰਚ ਗਿਆ ਪੋਰਟ ਤੇ। ਪੋਰਟ ਇਸਕੋ ਕਿਆ ਬੋਲਤੇ ਹੈਂ? ਵੈਲਕਮ ਟੂ ਈਰਾਨ। ਵੈਲਕਮ ਟੂ ਈਰਾਨ। ਓਕੇ ਵੈਲਕਮ ਟੂ ਬੰਦਰ ਅਬਾਸ। ਬੰਦਰ ਅਬਾਸ, ਬੰਦਰ ਅਬਾਸ। ਸਲਾਮ ਖੂਬੀ, ਸਲਾਮ ਖੂਬੀ, ਯਾ ਸਲਾਮ ਖੂਬੀ। ਇਹ ਸਲਾਮ ਖੂਬੀ ਦਾ ਮਤਲਬ ਹੈ ਕਿ ਕੀ ਗੱਲ, ਤੂੰ ਠੀਕ ਹੈ? ਯਹੀ ਹੈ ਨਾ। ਲੋ ਜੀ ਆਪਾਂ ਪਹੁੰਚ ਗਏ ਹਾਂ ਇੱਥੇ। ਬੰਦਰਾ ਤੂੰ ਈਰਾਨ? ਬੰਦਰਾ ਅਬਾਸ, ਬੰਦਰਾ ਅਬਾਸ, ਬੰਦਰਾ ਅਬਾਸ। ਹਾਂ ਲੋ ਜੀ ਆਪਾਂ ਬੰਦਰਾ ਅਬਾਸ ਪਹੁੰਚ ਗਏ ਹਾਂ ਈਰਾਨ ਦੇ ਵਿੱਚ, ਤੇ ਟਾਈਮ ਜਿਹੜਾ ਹੈ 11 ਵੱਜ ਗਏ ਨੇ, 3 ਮਿੰਟ ਘੱਟ 11 ਪਾਕਿਸਤਾਨੀ,
ਤੇ ਇੱਥੇ ਦਾ ਰਨਿੰਗ ਟਾਈਮ ਕਿਆ ਹੋਇਆ? ਟਾਈਮ 9 ਵਜੇ ਨਾ, ਸਾਰੇ 9 ਵਜੇ, ਸਾਰੇ 9 ਵਜੇ, ਸਾਢੇ 9 ਇਰਾਨੀ ਟਾਈਮ, ਸਾਢੇ 9 ਪਾਕਿਸਤਾਨ ਦਾ, ਤਕਰੀਬਨ 11 ਵੱਜ ਗਏ ਨੇ ਤੇ ਇਰਾਨੀ ਟਾਈਮ ਸਾਢੇ 9 ਹੋ ਗਿਆ। ਆਪਾਂ ਪਹੁੰਚ ਗਏ ਬੰਦਰਾਬਾਸ ਇਰਾਨ ਦੇ ਵਿੱਚ ਤੇ ਇੱਥੋਂ ਜਾ ਕੇ ਆਪਾਂ ਥੱਲੋਂ ਸਿੱਧਾ ਕੱਢਾਂਗੇ ਆਪਣੀ ਗੱਡੀ, ਗੱਡੀ ਕੱਢ ਕੇ ਤੇ ਸਭ ਤੋਂ ਪਹਿਲਾਂ ਤਾਂ ਕਿਤੇ ਖਾਵਾਂਗੇ ਕੋਈ ਚੱਜ ਦਾ ਖਾਣਾ, ਕਿਉਂਕਿ ਕੱਲ ਦਾ ਕੁਝ ਚੱਜ ਦਾ ਨਹੀਂ ਖਾਦਾ। ਓਕੇ ਤੇ ਫਿਰ ਆਪਾਂ ਕਿਤੇ ਅੱਗੇ ਦਾ ਟੂਰ ਕੱਢਦੇ ਹਾਂ, ਕਿਉਂਕਿ ਖਾਣਾ ਜਿਹੜਾ ਏ ਇਹ ਲਾਈਫ ਵਾਸਤੇ ਸਭ ਤੋਂ ਬੈਸਟ ਏ। ਜੇ ਤੁਸੀਂ ਚੰਗਾ ਆਪਣੀ ਮਰਜ਼ੀ ਦਾ ਖਾ ਲੈਂਦੇ ਹੋ ਤੇ ਜ਼ਿੰਦਗੀ 'ਚ ਸਾਰੀ ਦਿਹਾੜੀ ਜਿੰਨਾ ਮਰਜ਼ੀ ਕੰਮ ਕਰੀ ਜਾ ਤੁਸੀਂ ਥੱਕਦੇ ਨਹੀਂ। ਕਿਉਂ ਮੌਲਵੀ ਸਾਹਿਬ, ਤੇਰੇ ਨਾਲ ਤਾਂ ਬੜੀ ਬੁਰੀ ਹੋਈ ਇਹ ਗੱਲ ਦਾ, ਤੈਨੂੰ ਖਾਣਾ ਨਹੀਂ ਚਾਹੀਦਾ ਲੱਭਾ, ਫਿੱਕਾ ਫਿੱਕਾ ਕੋਈ ਨਹੀਂ, ਗੱਲ ਖੈਰ ਹੈ। ਚਲੋ ਤੇ ਹਲੇ ਉੱਥੇ ਪਹੁੰਚਦੇ ਹਾਂ, ਕੋਈ ਟਾਈਮ ਲੱਗ ਜਾਣਾ ਉਤਰਦੇ ਹਾਂ। ਮੈਨੂੰ ਕਿਤਨਾ ਟਾਈਮ ਲੱਗੇਗਾ ਅਭੀ ਉਤਰ ਤੇ? ਘੰਟਾ ਲੱਗ ਜਾਏਗਾ ਨਾ? ਨਿਕਲਦਾ ਨਿਕਲਦਾ ਇੱਕ ਘੰਟਾ ਲੱਗੇਗਾ। ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਕਿ ਉਹਦੇ ਫਾਰਮੈਲਿਟੀਆਂ, ਗੱਡੀ ਕੱਢਦੇ ਹਾਂ, ਠੀਕ ਹੈ, ਕੰਮ ਹੀ ਹੈ। ਲੋ ਵੀ ਦੋਸਤੋ, ਪੋਰਟ 'ਤੇ ਆਪਾਂ ਪਹੁੰਚ ਆਏ ਹਾਂ ਜਿੱਥੇ ਇਹਦਾ ਸਟੇਸ਼ਨ ਹੈ, ਏਅਰਪੋਰਟ 'ਤੇ, ਬਹਿਰੀ ਜਹਾਜ਼ ਦੇ ਏਅਰਪੋਰਟ 'ਤੇ। ਅਤੇ ਇੱਥੇ ਜਹਾਜ਼ ਖੜ੍ਹੇ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਅੱਗੇ ਦੇਖੋ ਤੇ ਅੱਗੇ ਇੱਧਰਲੀ ਸਾਈਡ 'ਤੇ ਵੀ ਉਹ ਪੁੱਜੀ ਹੈ, ਇੱਧਰ ਵੀ ਜਹਾਜ਼ ਖਲੋਤੇ ਨੇ। ਇਰਾਨ ਬੰਦਰਾਬਾਸ, ਇਸ ਜਗ੍ਹਾ ਦਾ ਨਾਂ ਹੈ ਬੰਦਰਾਬਾਸ। ਉਹ ਸਾਹਮਣੇ ਉਹਨਾਂ ਦਾ ਹੋਏ ਇਰਾਨ ਬੰਦਰਾਬਾਸ। ਲੋ ਬਈ ਦੋਸਤੋ, ਆਪਾਂ ਪਹੁੰਚ ਗਏ ਇਰਾਨ ਏਅਰਪੋਰਟ ਦੇ ਉੱਪਰ, ਜਹਾਜ਼ ਤੋਂ ਉਤਰ ਗਿਆ। ਇਹ ਇਹਰਾਨ ਦਾ ਝੰਡਾ, ਵੈਲਕਮ ਟੂ ਇਰਾਨ ਬੰਦਰਾਬਾਸ। ਇਰਾਨ ਪਹੁੰਚ ਗਿਆ ਆਪਾਂ, ਸਮੁੰਦਰੀ ਜਹਾਜ਼ ਨੇ ਆ ਦੇਖੋ, ਹੁਣ ਇੱਥੇ ਹੋਏਗੀ ਆਪਣੀ ਅੱਗੇ ਇਮੀਗ੍ਰੇਸ਼ਨ। ਗੱਡੀ ਆਪਣੀ ਉੱਥੇ ਖਲੋਤੀ ਵਾਲੇ ਗੱਡੀ, ਆਪਾਂ ਇੱਥੋਂ ਕੱਢਾਂਗੇ। ਉਹਦਾ ਪਤਾ ਨਹੀਂ ਕੋਈ ਪ੍ਰੋਸੀਜਰ ਹੈ, ਮੈਨੂੰ ਲੱਗਦਾ ਘੰਟਾ ਤੋਂ ਇੱਥੇ ਵੀ ਲੱਗ ਜਾਣਗੇ। ਚਲੋ ਲੋ ਵੀ ਦੋਸਤੋ, ਆਪਾਂ ਇਰਾਨ ਏਅਰਪੋਰਟ 'ਤੇ ਆ ਗਏ ਹਾਂ, ਇਮੀਗ੍ਰੇਸ਼ਨ ਵੀ ਹੋ ਗਈ ਹੈ। ਪਿੱਛੇ ਆਪਣਾ ਬੈਗ ਬੂਕ ਨੇ, ਗੱਡੀ ਦਾ ਵੀ ਸਰਬੰਧ ਲਾ ਲਿਆ ਨਾਸਰ ਭਾਈ ਨੇ। ਅਤੇ ਹੁਣ $260 ਕਲੀਅਰੈਂਸ ਦੇ ਲੱਗੇ ਆ, ਕਲੀਅਰੈਂਸ ਦੇ ਪਾਕਿਸਤਾਨੀ $260 ਪਤਾ ਕਿੰਨੇ ਬਣਦੇ ਨੇ? ਤਕਰੀਬਨ ਕੋਈ 80,000 ਰੁਪਈਆ, ਹਾਂ 30-60 ਅਤੇ ਹਾਂਜੀ 70-75,000 ਰੁਪਈਆ ਬਣ ਜਾਂਦਾ। ਤੇ ਇੱਥੇ ਆਉਂਦੇ ਹਾਂ, ਸਾਰੀ ਭਾਈ ਨੇ ਸਾਨੂੰ ਕੌਫੀ ਲੈ ਕੇ ਦਿੱਤੀ ਆ, ਬਲੈਕ ਕੌਫੀ ਇੱਥੇ ਜਿਹੜੀ ਆ, ਫੁੱਲ ਬਲੈਕ ਕੌਫੀ ਹੈ ਨਾ। ਅਗਲੇ ਵਲੋਗ ਚ ਲਵ ਯੂ ਹੈ ਸਾਰਿਆਂ ਨੂੰ, ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ, ਸ਼ੇਅਰ ਵੀ ਕਰਨਾ, ਕਿਉਂਕਿ ਇੰਜ ਦੀ ਇਨਫੋਰਮੇਸ਼ਨ ਦਿੰਦੇ ਰਹਾਂਗੇ, ਜਿਹੜੇ ਪੁਰਾਣੇ ਆ ਨਾ ਆ ਉਹਦੇ ਵਾਸਤੇ ਆਸਾਨੀ ਪੈਦਾ ਆਏਗੀ। ਮੈਨੂੰ ਸਾਨੂੰ ਕਈ ਚੀਜ਼ਾਂ ਦਾ ਨਹੀਂ ਸੀ ਪਤਾ ਇੱਥੇ, ਜਿਨ੍ਹਾਂ ਵਾਸਤੇ ਅਸੀਂ ਟਾਈਮ ਵੇਸਟ ਕੀਤਾ ਖਲੋਤੇ ਰਹੇ, ਲੈਂਗੁਏਜ ਬੈਰੀਅਰ, ਉਸ ਤੋਂ ਬਾਅਦ ਹੋਰ ਬਹੁਤ ਚੀਜ਼ਾਂ ਸੀ, ਉਹ ਸਾਰੀਆਂ ਤੁਹਾਨੂੰ ਗਾਈਡ ਕਰਦੇ ਰਹਾਂਗੇ ਕਿ ਤੁਹਾਡਾ ਸਫ਼ਰ ਆਸਾਨ ਰਹੇਗਾ, ਨਾਲੇ ਤੁਹਾਨੂੰ ਐਡਵੈਂਚਰ ਵੇਖਣ ਨੂੰ ਮਿਲੇਗਾ। ਕਿਉਂਕਿ ਬਾਏ ਰੋਡ ਜਾਣਾ ਸੀ, ਜਹਾਜ਼ ਜੂਜ਼ਦਾ ਤਾਂ ਅੱਗੇ ਵੀ ਜਾਂਦੇ ਰਹੇ, ਬਾਏ ਰੋਡ ਇੰਨਾ ਸਫ਼ਰ ਕਰਨਾ ਉਹ ਫਿਰ ਖਾਲਾ ਜੀ ਦਾ ਵਾਅਦਾ ਨਹੀਂ ਹੈ। ਉਹਦੇ ਵਾਸਤੇ ਅਸੀਂ ਗੱਡੀ 'ਚ ਬੈੱਡ ਬੁੱਡ ਬਣਾਇਆ, ਸਾਰੀਆਂ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਹੈ, ਅਤੇ ਉਹ ਤੁਹਾਡੀਆਂ ਸ਼ੇਅਰ ਕਰਦੇ ਰਹਿਣ। ਚੈਨਲ ਨੂੰ ਸਬਸਕ੍ਰਾਈਬ ਕਰ ਲਓ।